ਜਿਹੜੇ ਨਸ਼ਾ ਰੋਕੂ ਮੁਹਿੰਮ ਚਲਾਈ ਗਈ ਹੈ ਉਸ ਦੇ ਤਹਿਤ ਪਟਿਆਲਾ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਸ ਸੰਬੰਧੀ ਕੱਲ ਥਾਣਾ ਸਦਰ ਰਾਜਪੁਰਾ ਦੀ ਟੀਮ ਨੇ ਕਰਨੈਲ ਸਿੰਘ ਦੀ ਅਗਵਾਈ ਹੇਠ ਇੱਥੇ ਨਾਕਾ ਲਾਇਆ ਹੋਇਆ ਸੀਗਾ ਬਸੰਤਪੁਰੇ ਕੋਲੇ, ਅਤੇ ਉੱਥੇ ਬੱਸਾਂ ਚੈਕਿੰਗ ਕਰ ਰਹੇ ਸੀ ਰੂਟੀਨ ਦੇ ਵਿੱਚ, ਸਪੈਸ਼ਲ ਨਾਕਾਬੰਦੀ ਸੀ। ਅਤੇ ਉੱਥੇ ਇੱਕ ਇਹਨਾਂ ਨੂੰ ਸ਼ੱਕੀ ਨਜੀਰੀਅਨ ਲੜਕੀ ਦੇ ਦਿਖਾਈ ਦਿੱਤੀ, ਜਿਹਨੂੰ ਲੇਡੀ ਕਾਂਸਟੇਬਲ ਪਰਮਜੀਤ ਅਤੇ ਉੱਥੇ ਜਿਹੜੇ ਉੱਥੋਂ ਦੇ ਇੰਚਾਰਜ ਸੀ ਨਾਕਾ ਦੇ ਐਸ ਆਈ ਪਰਮਜੀਤ, ਇਹਨਾਂ ਨੇ ਉਹਨੂੰ ਜਿਹੜੀ ਲੇਡੀ ਕਾਂਸਟੇਬਲ ਸੀ ਉਹਨੇ ਜਦੋਂ ਇੱਕਦਮ ਸਾਈਡ 'ਤੇ ਜਾਣ ਲੱਗੇ ਉਹਨੂੰ ਰੋਕ ਕੇ ਕਾਬੂ ਕਰਕੇ ਉਹਦਾ ਨਾਮ ਪਤਾ ਪੁੱਛਿਆ, ਜਿਹਨੇ ਆਪਣਾ ਨਾਮ ਬਰਨੀਸ ਚੈਲਮਾ ਵਾਸੀ ਇਹ ਜੈਬੀਆ ਨਜ਼ੀਰੀਅਨ ਲੜਕੀ ਹੈ ਇਹ, ਉਹਨੇ ਦੱਸਿਆ ਉਹਦੇ ਕੋਲ ਕਾਲੇ ਰੰਗ ਦਾ ਬੈਗ ਸੀ ਅਤੇ ਉਹਦੇ ਵਿੱਚ ਕੋਈ ਨਸ਼ੀਲਿਆ ਚੀਜ਼ ਜਾਪਦੀ ਸੀ। ਜਦੋਂ ਉਹਨਾਂ ਨੇ ਇੱਦਾਂ ਚੈਕਿੰਗ ਕੀਤੀ ਤਾਂ ਉਹਦੇ ਵਿੱਚੋਂ 45 ਸ਼ੀਸ਼ੀਆਂ ਨਸ਼ੀਲੀਆਂ ਸਿਰਪ ਦੀਆਂ ਮਿਲੀਆਂ, ਜਿਹੜੀ ਕਡੀਨ ਫੋਸਫੇਟ ਹੈ ਜਿਵੇਂ ਕੋਰੈਕਸ ਸਿਰਪ ਸੀਗੀ। ਅਤੇ ਉੱਥੇ ਮੌਕੇ 'ਤੇ ਪੁੱਛਗਿੱਛ ਕੀਤੀ ਉਹਦੀ ਅਤੇ ਉਦੋਂ ਪਤਾ ਲੱਗਿਆ ਵੀ ਉਹ ਜਿਹੜੀ ਲੜਕੀ ਆ ਉਹ ਲਵਲੀ ਯੂਨੀਵਰਸਿਟੀ ਦੀ ਸਟੂਡੈਂਟ ਹੈ, ਉੱਥੇ ਪੜ੍ਹਦੀ ਹੈ, ਕਰੀਬ 22-23 ਸਾਲ ਉਮਰ ਸੀ ਉਹਦੀ, ਅਤੇ ਉਹਨੂੰ ਕਾਬੂ ਕੀਤਾ। ਉਹ ਤੋਂ ਬਾਅਦ ਮੈਂ ਵੀ ਉੱਥੇ ਜਾ ਕੇ ਆਪਣੇ ਮੌਕੇ 'ਤੇ ਪੁੱਛਗਿੱਛ ਕੀਤੀ ਅਤੇ ਉਹਨੇ ਪੁੱਛਗਿੱਛ ਦੌਰਾਨ ਇਹ ਖੁਲਾਸਾ ਕੀਤਾ ਵੀ ਉਹਦਾ ਇੱਕ ਬ੍ਰਦਰ ਵੀ ਹੈ ਅਲਵਾਨ ਮੋਨ, ਉਹ ਵੀ ਪਹਿਲਾਂ ਕਪੂਰਥਲੇ ਜੇਲ੍ਹ ਦੇ ਵਿੱਚ ਬੰਦ ਹੈ, ਉਹ ਵੀ ਕਪੂਰਥਲੇ ਡਿਸਟ੍ਰਿਕਟ 'ਚ ਉਹਦੇ 600 ਗੋਲੀਆਂ ਤੋਂ ਬਰਾਮਦ ਹੋਈਆਂ ਸੀ ਕਰੀਬ, ਅਤੇ ਇੱਕ ਦੋ ਹੋਰ ਪਰਚੇ ਨੇ। ਅਤੇ ਉਹਨੂੰ ਕਾਬੂ ਕਰਕੇ ਉਹਦੇ ਖਿਲਾਫ਼ FIR ਨੰਬਰ 78-22-61-85 ਤਹਿਤ ਦਿੱਤੀ ਹੈ। ਅਤੇ ਟੀਮ ਸਦਰ ਟੀਮ ਨੇ ਇਹ ਬਹੁਤ ਅੱਛਾ ਕੰਮ ਕੀਤਾ, ਸ਼ਲਾਘਾਯੋਗ। ਹਾਂਜੀ ਨਹੀਂ ਇੰਨੀਆਂ ਸ਼ੀਸ਼ੀਆਂ ਪੀ ਤਾਂ ਨਹੀਂ ਸਕਦੀ ਜੀ, ਇਹ 45 ਹੈ ਇਹ, ਅਤੇ ਇਹ ਤਾਂ ਅੱਗੇ ਸੇਲ ਵਾਸਤੇ ਹੀ ਹੈ ਜੀ। ਬਾਕੀ ਇਹ ਕੱਲ੍ਹ ਸ਼ਾਮ ਨੂੰ ਅਸੀਂ ਪਰਚਾ ਦਿੱਤਾ 22 ਤਰੀਕ ਨੂੰ, ਅਤੇ ਹੁਣ ਅਸੀਂ ਰਿਮਾਂਡ ਲੈ ਕੇ ਟੋਟਲ ਸਾਰੀ ਪੁੱਛਗਿੱਛ ਕਰਾਂਗੇ। ਹਜੇ ਤਾਂ ਇਹਨੇ ਪੁੱਛਗਿੱਛ ਆਪਣਾ ਨਾਮ ਵਗੈਰਾ ਦੱਸਿਆ ਅਤੇ ਹੋਰ ਡਾਕੂਮੈਂਟ ਇਹਦੇ ਲਏ ਆ, ਪਰ ਇਹ ਮੌਕੇ 'ਤੇ ਕੋਈ ਵੀ ਇਹ ਡਰੱਗ ਦੇ ਸੰਬੰਧ ਦੇ ਵਿੱਚ ਕੋਈ ਲਾਇਸੈਂਸ ਕੋਈ ਵੀ ਇਹ ਬਿੱਲ ਵਗੈਰਾ ਕੁਛ ਨਹੀਂ ਪੇਸ਼ ਕਰ ਸਕੀ, ਜਿਹਦੇ ਕਰਕੇ ਇਹਦੇ ਖਿਲਾਫ਼ 22 NDPA ਦਾ ਕਾਰਵਾਈ। ਇਹ ਜੀ ਹਜੇ ਤੱਕ ਤਾਂ ਇਹੀ ਪਤਾ ਲੱਗਿਆ ਵੀ ਦਿੱਲੀ ਨੋਇਡਾ ਉੱਧਰ ਦੇ ਏਰੀਏ ਤੋਂ ਆ ਰਹੀ ਸੀ ਜੀ, ਅਤੇ ਬਾਕੀ ਹਜੇ ਪੁੱਛ ਗਿੱਛ ਰਿਮਾਂਡ ਲਵਾਂਗੇ ਸਾਰੇ। ਹਜੇ ਚੈੱਕ ਕਰਾਂਗੇ ਜੀ, ਜਿਵੇਂ ਇਹਦਾ ਭਰਾ ਦਾ ਸਾਨੂੰ ਪਤਾ ਲੱਗ ਗਿਆ ਵੀ ਉਹਦੇ ਖਿਲਾਫ਼ ਅਸੀਂ FIR ਵੀ ਕੱਢ ਲਈ ਹੈ, ਅਤੇ ਇਹਦਾ ਵੀ ਹਜੇ ਕ੍ਰਾਈਮ ਅਸੀਂ ਥੋਰੋਲੀ ਚੈੱਕ ਕਰਾਂਗੇ। ਹੋ ਸਕਦੀ ਹੈ ਜੀ, ਇਹ ਡਰੱਗਸ ਹੈ ਜੀ, ਕਈ ਤਰ੍ਹਾਂ ਨਾਲ ਯੂਜ਼ ਕਰਦੇ ਹੈ ਜੀ ਇਹ, ਇਹ ਸ਼ੀਸ਼ੀਆਂ ਹੈਗੀਆਂ ਕੋਰੈਕਸ ਦੀਆਂ, ਬੈਂਡ ਆ ਆਲਰੇਡੀ, ਅਤੇ ਬਿਨਾਂ ਪ੍ਰਸਕ੍ਰਿਪਸ਼ਨ ਤੋਂ ਨਹੀਂ ਮਿਲਦੀਆਂ, ਇਹਦੇ ਕੋਲ ਕੋਈ ਵੀ ਆਪਣਾ ਡਾਕੂਮੈਂਟ, ਬਹੁਤ ਹੈਵੀ ਕੁਆਂਟਿਟੀ ਕਮਰਸ਼ੀਅਲ ਕੁਆਂਟਿਟੀ 'ਚ ਹੁੰਦੀਆਂ ਜੀ। ਇਹ ਉੱਥੇ ਜੀ ਕਿਸੇ ਪੜ੍ਹਦੀ ਹੈ ਜੀ, ਅਸੀਂ ਯੂਨੀਵਰਸਿਟੀ ਤੋਂ ਪਤਾ ਕਰਾਂਗੇ, ਇਹਨੇ ਪੂਰੀ ਤਰ੍ਹਾਂ ਨਹੀਂ ਦੱਸਿਆ, ਹਜੇ ਤੱਕ ਇਹੀ ਦੱਸਿਆ ਵੀ ਮੈਂ ਲਵਲੀ ਯੂਨੀਵਰਸਿਟੀ 'ਚ ਪੜ੍ਹਦੀ ਹਾਂ, ਮੈਨੂੰ ਲੱਗਦਾ 2nd ਈਅਰ ਦਾ 3rd ਈਅਰ ਦੀ ਸਟੂਡੈਂਟ ਹੈ, ਇਹਦਾ ਕਾਰਡ ਵੀ ਮਿਲਿਆ ਉੱਥੋਂ, ਕਾਰਡ ਮਿਲੇ ਨੇ ਜੀ। ਇਹ ਸਾਰਾ ਜੀ ਪਾਰਟ ਆਫ ਇਨਵੈਸਟੀਗੇਸ਼ਨ ਹੈ, ਤੇ ਉਦੋਂ ਸਾਰਾ ਦੇਖਾਂਗੇ ਵੀ ਕਿਹਨੂੰ ਸਪਲਾਈ ਕਰਦੀ ਸੀ ਜਾਂ ਕਿਵੇਂ। ਇਹ ਤਾਂ ਜੀ ਬਾਕੀ ਤਾਂ ਸਾਲ ਦੇ ਹਿਸਾਬ ਨਾਲ ਮੈਨੂੰ 7-8 ਸ਼ੀਸ਼ਿਆਂ ਤੋਂ ਬਾਅਦ ਕਮਰਸ਼ੀਅਲ ਚ ਆ ਜਾਂਦੀ ਹੈ, ਇਹ 45 ਹੈ ਜੀ, 7-8 ਸ਼ੀਸ਼ਿਆਂ ਤੋਂ ਬਾਅਦ ਇਹ ਕਮਰਸ਼ੀਅਲ ਚ ਆ ਜਾਂਦੀ ਹੈ। ਹਜੇ ਜੀ ਆਹ ਸਟੇਜ ਤੇ ਅਸੀਂ ਕੁਛ ਨਹੀਂ ਕਹਿ ਸਕਦੇ ਹੈ ਜੀ, ਹਜੇ ਅਸੀਂ ਇਨਵੈਸਟੀਗੇਸ਼ਨ ਹੈ, ਉਹ ਵੀ ਦੇਖਾਂਗੇ ਕਿਹਨੂੰ ਸਪਲਾਈ ਕਰਦੀ ਹੈ, ਜੇ ਬਲਕ 'ਚ ਕਿਸੇ ਨੂੰ ਕਰਦੀ ਹੈ ਉਹ ਵੀ ਅਸੀਂ ਬੈਕਵਰਡ ਫਾਰਵਰਡ ਲਿੰਕ ਸਾਰੇ ਚੈੱਕ ਕਰਕੇ
ਤੇ ਇਹਦੀ ਥੋਰੋਲੀ ਮਤਲਬ ਸਾਰਾ ਕਰਾਂਗੇ। ਹਾਂਜੀ, ਉਹ ਇਹਦਾ ਆਈ ਕਾਰਡ ਮਿਲਿਆ ਸੀ, ਕਾਲਜ ਵਾਲਿਆਂ ਨਾਲ ਬਕਾਇਦਾ ਗੱਲਬਾਤ ਕਰਾਂਗੇ ਵੀ ਇਹ ਤੁਹਾਡੀ ਸਟੂਡੈਂਟ ਹੈਗੀ ਵੀ ਹੈ ਕਿ ਕਾਰਡ ਵੀ ਕੀ ਪਤਾ ਜਾਲੀ ਬਣਾਈ ਫਿਰਦੀ ਹੈ। ਇਹ ਸਾਰੀਆਂ ਚੀਜ਼ਾਂ ਪਾਰਟ ਆਫ ਇਨਵੈਸਟੀਗੇਸ਼ਨ ਹੈ, ਕੀ ਪਤਾ ਇਹਨੂੰ ਕੱਢਤਾ ਹੋਵੇ ਕਾਲਜ 'ਚ, ਅਸੀਂ ਇਹਦੇ ਬਾਰੇ ਕੁਛ ਨਹੀਂ ਕਹਿ ਸਕਦੇ ਅਜੇ। ਹਾਂਜੀ, ਜੈਬੀਆ ਦੀ ਹੈ ਇਹ ਥਾਣਾ ਅਲਿਆਸ ਜੈਬੀਆ, ਇਹਨੇ ਦੱਸਿਆ ਆਪਣਾ ਐਡਰੈਸ, ਉਹ ਅੰਬੈਸੀ ਦੇ ਥਰੂ ਅਸੀਂ ਜੀ ਕਰਾਂਗੇ ਗੱਲਬਾਤ ਜਿਵੇਂ ਵੀ ਹੈਗਾ। ਇਹ ਜੀ ਵੱਖ ਵੱਖ ਪੰਜਾਬ ਦੇ ਵਿੱਚ ਇਕੱਲਾ ਨਹੀਂ ਕਹਿ ਸਕਦੇ, ਮਤਲਬ ਇਹਨਾਂ ਦਾ ਨੈਕਸਸ ਹੈਗੇ ਆ ਕਾਫੀ, ਇਹ ਮਤਲਬ ਅੱਗੇ ਵੀ ਫੜੇ ਜਾਂਦੇ ਆ, ਹੋਰ ਵੀ ਸਟੇਟਾਂ 'ਚ ਕਰਦੇ ਆ। ਇਹਨਾਂ ਨੂੰ ਇਹ ਸੌਖਾ ਕੰਮ ਲੱਗਦਾ, ਇਹਨਾਂ ਦੀ ਇਹਨਾਂ ਨੂੰ ਇਹ ਕੰਮ ਸੌਖਾ ਲੱਗਦਾ, ਜੋ ਪੈਸਾ ਇਹਨਾਂ ਨੂੰ ਚੰਗਾ ਬਣਦਾ ਅਤੇ ਕੁਛ ਫੋਰਨਰ ਦਾ ਫਾਇਦਾ ਕਰ ਫਾਇਦਾ ਚੱਕ ਕੇ ਇਹ ਚੀਜ਼ ਦਾ ਲੈ। ਇਹ ਜੀ ਜਿਵੇਂ ਹੁਣ ਪੜ੍ਹਦੀ ਹੈ ਅਕਸਰ ਆਉਂਦੀ ਹੋਏਗੀ, ਜਿਵੇਂ ਕਹਿੰਦੀ ਹੈ ਲਵਲੀ ਯੂਨੀਵਰਸਿਟੀ, ਬਾਕੀ ਇਹਦਾ ਰਿਕਾਰਡ ਪੁਰਾਣਾ ਚੈੱਕ ਕਰਾਂਗੇ ਸਾਰਾ। ਮੈਂ ਦੱਸਿਆ ਜੀ ਸਾਡੇ ਸੀਨੀਅਰ ਅਫਸਰ ਸਾਰੇ ਮਤਲਬ ਇਹਦੇ ਬਾਰੇ ਅਸੀਂ ਚਰਚਾ ਕਰ ਵੀ ਚੁੱਕੇ ਹਾਂ, ਬੈਕਵਰਡ ਫਾਰਵਰਡ ਲਿੰਕ ਦੇਖੇ ਜਾਣਗੇ। ਸਾਡੇ SPD ਯੋਗੇਸ਼ ਜੀ ਹੈਗੇ ਨੇ, ਯੋਗੇਸ਼ ਕੁਮਾਰ ਜੀ, ਉਹ ਵੀ ਮਤਲਬ ਇਸ ਸੰਬੰਧੀ ਅਸੀਂ ਉਹਨਾਂ ਨੂੰ ਸਾਰੀ ਜਾਣਕਾਰੀ ਦਿੱਤੀ ਹੈ। ਅਸੀਂ ਉਹਨਾਂ ਦੇ ਦਿਸ਼ਾ ਨਿਰਦੇਸ਼ ਅਤੇ SSP ਸਾਹਿਬ ਡਾਕਟਰ ਨਾਨਕ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਅਸੀਂ ਇਹਦੀ ਥੋਰੋ ਸਾਰਾ ਮਤਲਬ ਇਹਦਾ ਕਰਾਂਗੇ। ਸਰ, ਜਿਸ ਤਰ੍ਹਾਂ ਹੋਰ ਵੀ ਯੂਨੀਵਰਸਿਟੀਆਂ ਇੱਥੇ ਨੇ, ਕਿਉਂਕਿ ਕਈ ਯੂਨੀਵਰਸਿਟੀ ਹੋਰ ਵੀ ਕਿਤੇ ਇਹਦਾ ਨਸ਼ਾ ਵਿਕਦਾ ਹੋਊਗਾ, ਕੋਈ ਇੱਦਾਂ ਦੀ ਚੈਕਿੰਗ ਅਭਿਆਨ ਯੂਨੀਵਰਸਿਟੀ ਚੱਲਦੇ ਰਹਿੰਦੇ ਆ ਜੀ, ਸਰਚ ਅਭਿਆਨ ਚੱਲਦੇ ਨੇ, ਕਾਸੋ ਓਪਰੇਸ਼ਨ ਬਹੁਤ ਚੱਲ ਰਹੇ ਆ। ਕੱਲ੍ਹ ਵੀ ਪਟਿਆਲੇ ਕਰਕੇ ਹਟਿਆ ਜੀ, ਵਧੀਆ ਰਿਕਵਰੀ ਪਟਿਆਲਾ ਪੁਲਿਸ ਨੂੰ ਮਿਲੀ ਹੈ, ਉੱਥੇ ਸਨੋਰੀ ਅੱਡੇ ਕੋਲੇ ਕਿਹੜੀ ਬਸਤੀ ਆ, ਰੋੜੀਕੁੱਟ ਮਹੱਲਾ, ਉੱਥੇ ਵੀ ਬਹੁਤ ਹੈ। ਸਾਡੇ ਕੋਲ ਵੀ ਚੱਲਦੇ ਯੂਨੀਵਰਸਿਟੀਆਂ 'ਚ ਵੀ ਸਰਵੇਸ਼ਨ, ਅਸੀਂ ਨਾਲ ਉਹਨਾਂ ਸਟਾਫ ਲਾ ਕੇ ਜਿਹੜੇ ਉਹਨਾਂ ਦੇ ਹੋਸਟਲ ਵਗੈਰਾ ਹੈਗੇ ਜਾਂ PG ਵਗੈਰਾ ਕਰਦੇ ਨੇ, ਰਾਜਪੁਰੇ ਵੀ ਅਸੀਂ ਕਈ ਬਹੁਤ ਸਰਚ ਕਰਦੇ ਹਾਂ, ਕਾਸੋ ਓਪਰੇਸ਼ਨ ਲਗਾਤਾਰ ਚੱਲਦੇ ਰਹਿੰਦੇ ਨੇ। ਹਾਂਜੀ ਹਾਂਜੀ, ਆ ਰਾਜਪੁਰੇ ਗਗਨ ਚੌਂਕ ਕੋਲੇ ਖੱਬੇ ਹੱਥ ਬਹੁਤ PG ਹੈ, ਪਹਿਲਾਂ ਮੈਂ ਸਿਟੀ CSH ਅਸੀਂ ਕਾਫੀ ਕਰਦੇ ਸਾਰੇ, ਵੈਸੇ ਇੱਧਰ ਜ਼ਿਆਦਾ ਕਿਉਂਕਿ ਆ ਚਿਤਕਾਰਾ ਯੂਨੀਵਰਸਿਟੀ ਕਰਕੇ ਇੱਧਰ ਬਹੁਤ ਜ਼ਿਆਦਾ ਇਹਦੇ ਪਿਛਲੇ ਪਾਸੇ। ਹਾਂਜੀ ਹਾਂਜੀ ਹਾਂਜੀ, ਅਸੀਂ ਬਾਰ ਬਾਰ ਇਹਨਾਂ ਤੇ ਕਰਦੇ ਨੇ, ਪਿੱਛੇ ਜੇ ਪਰਚੇ ਵੀ ਦਿੱਤੇ ਸੀ ਜਿਹੜੇ PG ਵਾਲੇ ਓਨਰ ਸੀਗੇ, ਮਤਲਬ 15-16 ਪਰਚੇ ਦਿੱਤੇ ਸੀ ਉਹਨਾਂ ਤੇ ਉਹ ਜਿਹੜੇ ਮਤਲਬ ਸਾਨੂੰ ਮਤਲਬ ਪੂਰਾ ਰਿਕਾਰਡ ਨਹੀਂ ਦਿੰਦੇ ਸੀ। ਮੈਂ ਹਦਾਇਤ ਕਰਦਾ ਸਾਰੇ ਜਿਹੜੇ ਮੇਨਲੀ ਜਿਹੜੇ ਸਟੂਡੈਂਟਸ ਨੂੰ ਰੱਖਦੇ ਆ, ਜਿਹੜੇ PG ਆ ਜਾਂ ਜਿਹੜੇ ਓਨਰ ਹੈ ਮਾਲਕ, ਉਹ ਆਪਣਾ ਕੀ ਹੈ ਇੱਕ ਪਰੂਫ ਹੀ ਦੇਣਾ ਉਹਨਾਂ ਨੇ, ਆਈ ਕਾਰਡ, ਉਹਦਾ ਬੱਚੇ ਦੀ ਫੋਟੋ ਤੇ ਉਹਦਾ ਐਡਰੈਸ, ਉਹਦੇ ਨਾਲ ਸਾਨੂੰ ਸੇਫ ਰਹਿੰਦਾ, ਉਹ ਵੀ ਸੇਫ ਹੈ, ਅਸੀਂ ਵੀ ਸੇਫ ਹੈ, ਅਸੀਂ ਉਹਦਾ ਵੈਰੀਫਾਈ ਕਰਾ ਲੈਂਦੇ ਹਾਂ। ਹਾਂਜੀ ਇਹ ਤਾਂ ਹੈ ਜੀ, ਯੂ ਆਰ ਰਾਈਟ ਜੀ, ਬਾਕੀ ਸਾਡੀ ਚੈਕਿੰਗ ਜਾਰੀ ਹੈ ਜੀ, ਤੇ ਅੱਗੋਂ ਵੀ ਅਸੀਂ ਵਧੀਆ ਇਹੋ ਜਿਹੀ ਕਾਰਗੁਜ਼ਾਰੀ ਕਰਾਉਂਗੇ।